ਮੇਰੇ ਘਰ ਮੁੰਡਾ ਵੀ ਹੋਏਗਾ ਨਾ ਤਾਂ ਵੀ ਮੈਨੂੰ ਖੁਸ਼ੀ ਇੰਨੀ ਨਹੀਂ ਜੇ ਜਿੰਨੀ ਮੈਨੂੰ ਖੁਸ਼ੀ ਇੱਥੇ ਹੋਣੀ ਜੇ 22 ਤਰੀਕ ਨੂੰ। ਬੜੇ ਕਿਸਮਤ ਵਾਲੇ ਹਾਂ ਕਿ ਜੋ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇਹ ਦਿਨ ਵੇਖਣ ਦਾ ਮੌਕਾ ਮਿਲ ਰਿਹਾ ਅਤੇ ਮੈਂ ਸਮਝਦਾ ਉਸ ਦਿਨ ਨੂੰ ਅਸੀਂ ਮਹਾਂ ਦੀਵਾਲੀ ਦੇ ਰੂਪ ਵਿੱਚ ਮਨਾਈਏ। ਰਾਮ ਚੰਦਰ ਜੀ ਦੇ ਰੰਗ ਦੇ ਵਿੱਚ ਰੰਗੇ ਹੋਏ ਆ ਔਰ ਸਾਰਿਆਂ ਨੂੰ ਇੰਨਾ ਕੁ ਉਤਸ਼ਾਹ ਹੈਗਾ ਬਈ 22 ਤਰੀਕ ਕਦੋਂ ਆਵੇ, ਅਸੀਂ ਆਤਿਸ਼ਬਾਜ਼ੀ ਵੀ ਕਰੀਏ ਔਰ ਮਠਿਆਈਆਂ ਵੀ ਵੰਡੀਏ ਔਰ ਸਾਰਿਆਂ ਨੂੰ ਰਾਮ ਚੰਦਰ ਜੀ ਦੇ ਵਿੱਚ ਰੰਗ ਵਿੱਚ ਰੰਗ ਦੇਈਏ। ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ। ਉਸ ਦਿਨ ਦੀ ਖੁਸ਼ੀ ਦੇ ਲਈ ਅਸੀਂ ਪੂਰੇ ਸ਼ਕਤੀ ਨਗਰ ਨੂੰ ਚਿੱਟੇ ਕਟਰੇ ਚੌਂਕ ਲਾਈਟਿੰਗ ਦੇ ਨਾਲ ਪੂਰਾ ਸਜਾਇਆ ਗਿਆ। ਝੰਡੇ ਵੀ ਲਗਾਏ ਜਾ ਰਹੇ, 400-500 ਝੰਡਾ ਵੀ ਲਗਾਉਣਾ ਬਾਜ਼ਾਰਾਂ ਦੇ ਵਿੱਚ। ਉਸ ਦਿਨ ਅਸੀਂ ਪ੍ਰਸ਼ਾਦ ਵੀ ਵੰਡਾਂਗੇ ਅਤੇ ਲੰਗਰ ਵੀ ਲਾਵਾਂਗੇ, ਨਾਲ ਦੇ ਨਾਲ DJ ਅਤੇ LCD ਵੀ ਲੱਗੇਗਾ। 22 ਜਨਵਰੀ 2024 ਦੇ ਉਸ ਮੁਕੱਦਸ ਦਿਨ ਨੂੰ ਮਨਾਉਣ ਦੇ ਲਈ ਦੇਸ਼ ਭਰ ਦੇ ਵਿੱਚ ਧੂਮਧਾਮ ਨਾਲ ਤਿਆਰੀਆਂ ਜੋ ਨੇ ਕੀਤੀਆਂ ਜਾ ਰਹੀਆਂ ਨੇ। ਗੁਰੂਨਗਰੀ ਅੰਮ੍ਰਿਤਸਰ ਜੋ ਕਿ ਆਪਣੇ ਆਪ ਦੇ ਵਿੱਚ ਹਰ ਤਿਉਹਾਰ ਲਈ ਜਾਣੀ ਜਾਂਦੀ ਹੈ ਅਤੇ ਪ੍ਰਾਣ ਪ੍ਰਤਿਸ਼ਠਾ ਜੋ ਕਿ 22 ਜਨਵਰੀ ਨੂੰ ਹੋਣ ਜਾ ਰਹੀ ਉਸ ਸਦਕਾ ਵੀ ਸ਼ਰਧਾਲੂਆਂ ਦੇ ਵਿੱਚ ਇੱਕ ਅਲੌਕੀ ਤਸਵੀਰ ਦੇਖਣ ਨੂੰ ਮਿਲ ਰਹੀ। ਤੁਸੀਂ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦੇ ਝੰਡੇ ਫੜੇ ਹੋਏ ਨੇ ਰਾਮ ਭਗਤਾਂ ਨੇ ਔਰ ਪ੍ਰਭੂ ਦਾ ਜੋ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ 22 ਜਨਵਰੀ ਨੂੰ ਉਸ ਨੂੰ ਲੈ ਕੇ ਜੋ ਇਹ ਤਿਆਰੀਆਂ ਨੇ ਅੰਮ੍ਰਿਤਸਰ ਵਿਖੇ ਕੀਤੀਆਂ ਗਈਆਂ ਨੇ। ਭਗਵੇ ਰੰਗ ਦੇ ਝੰਡੇ ਫੜੇ ਹੋਏ ਨੇ ਜਿਸ 'ਚ ਖੁਦ ਪ੍ਰਭੂ ਸ਼੍ਰੀ ਰਾਮ ਆਪਣੇ ਭਗਤ ਹਨੂੰਮਾਨ ਜੀ ਦੇ ਨਾਲ ਵਿਰਾਜਮਾਨ ਨੇ ਔਰ ਹੱਥਾਂ ਦੇ ਵਿੱਚ ਦੀਪਕ ਜੋ ਫੜੇ ਹੋਏ ਨੇ ਔਰ ਇਹ ਦੀਵੇ ਲੋਕਾਂ ਨੂੰ ਵੰਡੇ ਜਾ ਰਹੇ ਨੇ। ਇੱਕ ਸੁਨੇਹਾ ਦਿੱਤਾ ਜਾ ਰਿਹਾ ਕਿ ਜੋ ਐਡਾ ਮੁਕੱਦਸ ਦਿਨ ਆ ਰਿਹਾ ਇਸ ਨੂੰ ਲੈ ਕੇ ਜੋ ਤਿਆਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਗੱਲਬਾਤ ਕਰ ਲੈਂਦੇ ਸਾਡੇ ਨਾਲ ਇੱਥੋਂ ਦੇ ਸਮਾਜ ਸੇਵਕ ਵਿੱਕੀ ਦੱਤਾ ਮੌਜੂਦ ਨੇ। ਕਹਿ ਸਕਦੇ ਹਾਂ ਕਿ ਬੜਾ ਹੀ ਮੁਕੱਦਸ ਦਿਨ ਆ ਰਿਹਾ, 2024 ਸਾਲ ਹੋਇਆ ਜਿਸ 'ਚ 2 ਵਾਰ ਦੀਵਾਲੀ ਮਨਾਈ ਜਾ ਰਹੀ ਹੈ, ਤੁਸੀਂ ਬੜੇ ਹੀ ਖੁਸ਼ੀਆਂ ਚਾਵਾਂ ਦੇ ਨਾਲ ਇਸ ਦਿਨ ਨੂੰ ਮਨਾ ਰਹੇ? ਜੀ ਬਿਲਕੁਲ, ਅਸੀਂ ਬੜੇ ਕਿਸਮਤ ਵਾਲੇ ਹਾਂ ਕਿ ਜੋ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਇਹ ਦਿਨ ਵੇਖਣ ਦਾ ਮੌਕਾ ਮਿਲ ਰਿਹਾ। 500 ਸਾਲ ਲੱਗ ਗਏ, 500 ਸਾਲ ਦੀ ਬਨਵਾਸ ਤੋਂ ਬਾਅਦ ਜੋ ਅਯੋਧਿਆ ਦੇ ਵਿੱਚ ਰਾਮ ਮੰਦਿਰ ਬਣਨ ਜਾ ਰਿਹਾ, ਮੈਂ ਸਮਝਦਾ ਹਾਂ ਕਿ 14 ਸਾਲ ਦੇ ਬਨਵਾਸ ਤੋਂ ਬਾਅਦ ਜਦੋਂ ਭਗਵਾਨ ਰਾਮ ਜੀ ਅਯੋਧਿਆ ਵਿੱਚ ਵਾਪਸ ਆਏ ਸੀ ਤਾਂ ਉਸ ਦਿਨ ਨੂੰ ਦੀਵਾਲੀ ਦੇ ਦਿਲ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਸਦੀਆਂ ਤੋਂ ਮਨਾਉਂਦੇ ਆ ਰਹੇ ਨੇ। ਅਤੇ ਸਾਡੀ ਕਿਸਮਤ ਹੈ ਕਿ ਅਸੀਂ 500 ਸਾਲ ਦੇ ਬਨਵਾਸ ਤੋਂ ਬਾਅਦ ਜਿਹੜਾ ਰਾਮ ਮੰਦਿਰ ਬਣਦਾ ਆਪਣੀ ਜ਼ਿੰਦਗੀ ਵਿੱਚ ਦੇਖ ਰਹੇ ਹਾਂ, ਬੜੇ ਹੀ ਕਿਸਮਤ ਵਾਲੇ ਹਾਂ। ਅਤੇ ਮੈਂ ਸਮਝਦਾ ਉਸ ਦਿਨ ਨੂੰ ਅਸੀਂ ਮਹਾਂ ਦੀਵਾਲੀ ਦੇ ਰੂਪ ਵਿੱਚ ਮਨਾਈਏ ਅਤੇ ਤਾਂ ਕਿ ਇਹ ਸਾਰੀਆਂ ਖੁਸ਼ੀਆਂ ਨੂੰ ਅਸੀਂ ਆਪਸ 'ਚ ਪਰਿਵਾਰਾਂ ਵਿੱਚ ਬਹਿ ਕੇ, ਮੁਹੱਲੇ ਵਿੱਚ ਬਹਿ ਕੇ, ਦੁਕਾਨਦਾਰਾਂ ਵਿੱਚ, ਐਸੋਸੀਏਸ਼ਨਾਂ ਇਕੱਠੀਆਂ ਹੋ ਕੇ ਇਸ ਖੁਸ਼ੀ ਨੂੰ ਮਨਾਈਏ। ਜਿੱਥੇ ਕਿ ਦੇਖ ਸਕਦੇ ਹਾਂ ਕਿ ਅਯੋਧਿਆ ਦੇ ਵਿੱਚ ਬੜੀਆਂ ਤਿਆਰੀਆਂ ਨਜ਼ਰ ਆ ਰਹੀਆਂ ਨੇ, ਉੱਥੇ ਰਾਮਲਲਾ ਦੀ ਤਿਆਰੀਆਂ ਕੀਤੀਆਂ ਜਾਣੀਆਂ ਪ੍ਰਾਣ ਪ੍ਰਤਿਸ਼ਠਾ ਲੈ ਕੇ, ਪਰ ਤੁਸੀਂ ਸ਼ਕਤੀ ਨਗਰ ਬਾਜ਼ਾਰ ਪੂਰਾ ਕਹਿ ਸਕਦੇ ਹਾਂ ਕਿ ਇਸ ਵਕਤ ਰੋਸ਼ਨਾਉਂਦਾ ਹੋਇਆ ਵਿਖਾਈ ਦਿੰਦਾ, ਕੀ ਸੋਚ ਆਈ ਮੈਂ ਜ਼ਹਿਨ ਵਿੱਚ ਅਤੇ ਕੀ ਅਜਿਹੀ ਸ਼ਰਧਾ ਆਈ ਕਿ ਤੁਸੀਂ ਸਾਰੀ ਆਪਣਾ ਜੋ ਇਲਾਕਾ ਇਸ ਨੂੰ ਰੋਸ਼ਨਾ ਦਿੱਤਾ? ਜਿਹੜੀ ਸਾਡੀ ਸੁਸਾਇਟੀ ਆ ਮਾਂ ਦੁਰਗਾ ਵੈਲਫੇਅਰ ਸੁਸਾਇਟੀ ਜਾਹੋ ਕਲੱਬ, ਅਸੀਂ ਸ਼ੁਰੂ ਤੋਂ ਹੀ ਧਾਰਮਿਕ ਆਯੋਜਨ ਕਰਵਾਉਂਦੇ ਆ ਰਹੇ ਹਾਂ। ਇਹ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਦਿਨ ਹੈ। ਉਸ ਦਿਨ ਦੀ ਖੁਸ਼ੀ ਦੇ ਲਈ ਅਸੀਂ ਪੂਰੇ ਸ਼ਕਤੀ ਨਗਰ ਨੂੰ, ਚਿੱਟੇ ਕਟਰੇ ਚੌਂਕ ਨੂੰ, ਟੋਕਰਾਂ ਵਾਲੇ ਬਾਜ਼ਾਰ ਨੂੰ, ਬਾਜ਼ਾਰ ਭੜਪੂੰਜਿਆਂ ਨੂੰ ਲਾਈਟਿੰਗ ਦੇ ਨਾਲ ਪੂਰਾ ਸਜਾਇਆ ਗਿਆ ਵੈ। ਇਹ ਇੱਕ ਅੰਦਰੋਂ ਹੀ ਖੁਸ਼ੀ ਜਿਹੜੀ ਮਹਿਸੂਸ ਹੁੰਦੀ ਹੈ, ਜਿਵੇਂ ਇੱਕ ਬਹੁਤ ਮਨ ਨੂੰ ਵੱਡੀ ਖੁਸ਼ੀ ਮਹਿਸੂਸ ਹੋਈ। ਸੋ ਉਸ ਖੁਸ਼ੀ ਨੂੰ ਮਨਾਉਣ ਦੇ ਲਈ ਜੋ ਜੋ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ, ਅਸੀਂ ਲਾਈਟਿੰਗ ਦਾ ਵੀ ਕੀਤਾ, ਝੰਡੇ ਵੀ ਲਗਾਏ ਜਾ ਰਹੇ, 400-500 ਝੰਡਾ ਵੀ ਲਗਾਉਣਾ ਬਾਜ਼ਾਰਾਂ ਦੇ ਵਿੱਚ। ਉਸ ਦਿਨ ਅਸੀਂ ਪ੍ਰਸ਼ਾਦ ਵੀ ਵੰਡਾਂਗੇ ਅਤੇ ਲੰਗਰ ਵੀ ਲਾਵਾਂਗੇ, ਨਾਲ ਦੇ ਨਾਲ DJ ਅਤੇ LCD ਵੀ ਲੱਗੇਗੀ ਤਾਂ ਕਿ ਜਿਹੜੇ ਵੱਡੇ ਹਨੂੰਮਾਨ ਆਉਣੇ ਨੇ ਜੋ ਬਾਹੂਬਲੀ, ਉਹਨਾਂ ਸਾਰਿਆਂ ਨੂੰ ਇੱਥੇ ਨਚਾਇਆ ਜਾਏਗਾ। ਨਾਲ ਅਸੀਂ ਜੋ ਰਾਮ ਭਗਤ ਜਿੰਨੇ ਵੀ ਹੋਣਗੇ ਅਸੀਂ ਸਾਰੇ ਉਦੋਂ ਧਾਰਮਿਕ ਗੀਤਾਂ ਦੇ ਉੱਪਰ, ਧਾਰਮਿਕ
ਜੋ ਭਜਨ ਹੋਣਗੇ ਉਹਨਾਂ ਦੇ ਉੱਪਰ। ਵਿੱਕੀ ਜੀ ਅੱਜ ਦੇਖ ਸਕਦੇ ਹਾਂ ਕਿ ਤੁਸੀਂ ਖੁਦ ਵੀ ਪ੍ਰਭੂ ਸ਼੍ਰੀ ਰਾਮ ਦੇ ਉਸ ਰਾਮ ਨਾਮ ਨਾਲ ਰੰਗੇ ਪਏ ਹੋ। ਤੁਸੀਂ ਜੋ ਸਟਾਲ ਲਿੱਤੀ ਇਹਦੇ 'ਚ ਵੀ ਅਯੋਧਿਆ ਅਤੇ ਜੈ ਸ਼੍ਰੀ ਰਾਮ ਦਾ ਹੀ ਜ਼ਿਕਰ ਕੀਤਾ ਗਿਆ, ਤਾਂ ਖੁਦ ਨੂੰ ਆਪਣੇ ਆਪ ਨੂੰ ਉਸ ਰਾਮ ਨਾਮ ਨਾਲ ਰੰਗ ਕੇ ਕਿੰਨਾ ਕੁ ਖੁਸ਼ੀ ਹੋ ਰਹੀ ਜੀ? ਬੜੀ ਖੁਸ਼ੀ ਹੋ ਰਹੀ। ਅਸੀਂ 10-15 ਦਿਨ ਤੋਂ ਲੱਗੇ ਹੋਏ ਹਾਂ ਇਸ ਤਿਆਰੀ ਦੇ ਵਿੱਚ, ਕਿਉਂਕਿ ਅਸੀਂ 22 ਤਰੀਕ ਨੂੰ ਸ਼ਕਤੀ ਨਗਰ ਦੇ ਵਿੱਚ ਮਹਾਂ ਦੀਵਾਲੀ ਮਨਾਉਣ ਜਾ ਰਹੇ ਹਾਂ। ਦੀਵਾਲੀ ਉਤਸਵ ਜਿਹਨੂੰ ਕਿਹਾ ਨਾਂ ਦਿੱਤਾ ਗਿਆ ਅਸੀਂ ਹੋਰਡਿੰਗ ਦੇ ਵਿੱਚ, ਕਿ ਅਸੀਂ ਸਾਰੇ ਇਕੱਠੇ ਹੋ ਕੇ ਸਾਰਿਆਂ ਨੇ ਕੰਟਰੀਬਿਊਟ ਕਰਕੇ, ਜਿਸ ਤਰ੍ਹਾਂ ਦੀਵਾਲੀ ਨੂੰ ਪਟਾਕੇ ਚਲਾਈਦੇ, ਅਸੀਂ ਸ਼ਕਤੀ ਨਗਰ ਦੇ ਵਿੱਚ ਸਾਰੇ ਇਕੱਠੇ ਹੋ ਗਏ, ਅਸੀਂ ਆਤਿਸ਼ਬਾਜ਼ੀ ਕਰਨ ਜਾ ਰਹੇ ਹਾਂ, ਅਤੇ ਨਾਲ ਇੱਕ ਛੋਟੀ ਰੱਥ ਯਾਤਰਾ ਵੀ ਕੱਢੀ ਜਾਏਗੀ, ਜਿਹਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦਾ ਸਵਰੂਪ ਬਣਾ ਕੇ, ਅਤੇ ਨਾਲ ਅੱਗੇ ਬਜਰੰਗੀ ਸੈਨਾ, ਸੋਨੂ ਮਹੰਤ ਜੋ ਮਾਂ ਅੰਜਲੀ ਪੁੱਤਰ ਸੈਨਾ ਦੇ ਹੈਗੇ ਨੇ, ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਅਸੀਂ ਇੱਕ ਰੱਥ ਯਾਤਰਾ ਵੀ ਕੱਢਾਂਗੇ, ਅਤੇ ਉਸ ਆਯੋਜਨ ਨੂੰ ਅਸੀਂ ਬੜੀ ਧੂਮਧਾਮ ਨਾਲ ਮਨਾਉਣ ਜਾ ਰਹੇ ਹਾਂ। ਕਿੰਨਾ ਮਾਣ ਹੁੰਦਾ ਕਿ ਅੱਜ ਉਹ ਦਿਨ ਮੁਕੱਦਸ ਆ ਗਿਆ, ਜੋ ਕਿ ਤੁਸੀਂ ਖੁਦ ਆਪਣੇ ਬਚਪਨ ਦੇ ਵਿੱਚ ਸੁਣਿਆ ਹੋਏਗਾ ਕਿ ਰਾਮ ਜਨਮ ਭੂਮੀ ਦਾ ਬੜਾ ਮਸਲਾ ਚੱਲ ਰਿਹਾ, ਬਟ ਉਹ 224 ਸਾਲ ਨੂੰ 22 ਜਨਵਰੀ ਨੂੰ ਉਹ ਦਿਨ ਸਭ ਜੋ ਕਹਿ ਸਕਦੇ ਹਾਂ ਬੇਸਬਰੀ ਖਤਮ ਹੋ ਰਹੀ ਹੈ। ਅਸੀਂ ਬਹੁਤ ਕਿਸਮਤ ਵਾਲੇ ਹਾਂ ਜੀ, ਨਾ ਸਾਡੇ ਵੱਡੇ ਪੁਰਖਾਂ ਨੇ ਵੇਖਿਆ ਅਤੇ ਨਾ ਅੱਗੋਂ ਸਾਡੇ ਬੱਚੇ ਵੇਖਣਗੇ, ਜਿਹੜੀ ਅਸੀਂ 500 ਸਾਲਾਂ ਬਾਅਦ ਅਸੀਂ ਰਾਮ ਮੰਦਰ ਦਾ ਜਿਹੜਾ ਆਯੋਜਨ ਹੋ ਰਿਹਾ ਵਾ ਬਹੁਤ ਹੀ ਮਹੱਤਵਪੂਰਨ ਹੈ। ਔਰ ਇਸ ਬਾਜ਼ਾਰ ਦੇ ਵਿੱਚ ਪੂਰੀ ਲਾਈਟਿੰਗ ਲਗਾ ਕੇ, ਕਿਉਂਕਿ ਮੋਦੀ ਜੀ ਨੇ ਔਰ ਬਾਕੀ ਵੀ ਉੱਥੇ ਆਯੋਜਕ ਹੈ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਆਪਣੇ ਇਲਾਕੇ ਆਪਣੇ ਮੁਹੱਲਿਆਂ ਦੇ ਵਿੱਚ ਦੀਪਮਾਲਾ ਕਰੋ, ਆਪਣੇ ਮੁਹੱਲਿਆਂ ਦੇ ਵਿੱਚ ਖੁਸ਼ੀਆਂ ਮਨਾਓ, ਅਤੇ ਸਾਡੇ ਲਈ ਇਹ ਦੀਵਾਲੀ ਨਹੀਂ ਮਹਾਂ ਦੀਵਾਲੀ ਹੈ। ਜਿਹੜੀ ਦੀਵਾਲੀ ਹੈ ਉਹ ਕਦੀ ਅਕਤੂਬਰ 'ਚ ਕਦੀ ਨਵੰਬਰ 'ਚ ਆਉਂਦੀ ਹੈ, ਲੇਕਿਨ ਇਹ 22 ਜਨਵਰੀ ਵਿੱਚ ਮਹਾਂ ਦੀਵਾਲੀ ਦੇ ਰੂਪ ਦੇ ਵਿੱਚ ਪੱਕੇ ਤੌਰ ਦੇ 'ਤੇ ਆਪਣਾ 22 ਜਨਵਰੀ ਨੂੰ ਹੀ ਆਏਗੀ। ਹਰ ਇੱਕ ਦੇ ਹੱਥਾਂ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਦੇ ਝੰਡੇ ਨੇ, ਕਿੰਨਾ ਕੁਛ ਆ ਕਿਸ ਤਰ੍ਹਾਂ ਕਿ ਦੀਵਾਲੀ ਅਕਤੂਬਰ ਮਹੀਨੇ ਲੰਘ ਚੁੱਕੀ, ਕਹਿ ਸਕਦੇ ਹਾਂ ਹੁਣ ਦੀ ਦੀਵਾਲੀ ਨੂੰ ਲੈ ਕੇ ਘਰ ਨੂੰ ਕਿਸ ਤਰ੍ਹਾਂ ਸਜਾਓਗੇ? ਇਹ ਸਾਰੇ ਜੀ ਮਹਾਂ ਆਪਣਾ ਰਾਮ ਚੰਦਰ ਜੀ ਦੇ ਰੰਗ ਦੇ ਵਿੱਚ ਰੰਗੇ ਆ, ਔਰ ਸਾਰਿਆਂ ਨੂੰ ਇੰਨਾ ਕੁ ਉਤਸਾਹ ਹੈ ਬਈ 22 ਤਰੀਕ ਕਦੋਂ ਆਵੇ, ਅਸੀਂ ਆਤਿਸ਼ਬਾਜ਼ੀ ਵੀ ਕਰੀਏ ਔਰ ਮਠਿਆਈਆਂ ਵੀ ਵੰਡੀਏ ਔਰ ਸਾਰਿਆਂ ਨੂੰ ਰਾਮ ਚੰਦਰ ਜੀ ਦੇ ਵਿੱਚ ਰੰਗ ਵਿੱਚ ਰੰਗ ਦਈਏ। ਹਰ ਘਰ ਸ਼੍ਰੀ ਰਾਮ। ਬਹੁਤ ਖੁਸ਼ੀ ਹੈ, ਬਹੁਤ ਖੁਸ਼ੀ ਭਾਅ ਜੀ, ਮਨ ਇੰਨਾ ਕੁ ਪ੍ਰਸੰਨ ਹੈਗਾ ਕਿ ਸਾਰੀ ਜ਼ਿੰਦਗੀ 40 ਸਾਲ ਦੀ ਉਮਰ 'ਚ ਇੰਨਾ ਮਨਪਸੰਦ ਨਹੀਂ ਹੈ ਜਿੰਨਾ ਮੇਰਾ 22 ਤਰੀਕ ਨੂੰ ਮਨਪਸੰਦ ਹੋ ਸਕਦਾ। ਸ਼੍ਰੀ ਰਾਮ। ਘਰ 'ਚ ਕਿਸੇ ਦਾ ਵਿਆਹ ਹੋਵੇ ਜਾਂ ਕੋਈ ਬਾਲ ਹੋਇਆ ਹੋਵੇ, ਉਸ ਤੋਂ ਵੀ 4 ਗੁਣਾ 5 ਗੁਣਾ ਵੱਧ ਸਭ ਛੱਡ ਦਿਓ, ਸਾਰੀਆਂ ਖੁਸ਼ੀਆਂ ਸਭ ਤੋਂ ਵੱਡੀ ਹੈ। ਮੇਰੇ ਘਰ ਮੁੰਡਾ ਵੀ ਹੋਏਗਾ ਨਾ ਤਾਂ ਵੀ ਮੈਨੂੰ ਖੁਸ਼ੀ ਇੰਨੀ ਨਹੀਂ ਜੇ, ਜਿੰਨੀ ਮੈਨੂੰ ਖੁਸ਼ੀ ਇੱਥੇ ਹੋਣੀ ਜੇ 22 ਤਰੀਕ ਨੂੰ। ਬਿਲਕੁਲ, ਜੈ ਸ਼੍ਰੀ ਰਾਮ ਦੇ ਨਾਰੇ ਲੱਗ ਕੇ ਅੱਜ ਇਸ ਸੋਹਣੀ ਤਸਵੀਰ ਨੂੰ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਹਰ ਕੋਈ ਪ੍ਰਭੂ ਸ਼੍ਰੀ ਰਾਮ ਦੇ ਝੰਡੇ ਫੜ ਕੇ ਇੱਕ ਸੁਨੇਹਾ ਦੇ ਰਿਹਾ ਕਿ ਇਸ ਦਿਨ ਆਪਣੇ ਘਰਾਂ ਨੂੰ ਅਸੀਂ ਜੋ ਭਗਵੇਂ ਰੰਗ ਦੇ ਝੰਡੇ ਆ ਉਸ ਦੇ ਨਾਲ ਸਜਾਈਏ, ਘਰ ਨੂੰ ਲਾਈਟਨਿੰਗ ਕਰੀਏ, ਪਟਾਕੇ ਚਲਾ ਕੇ, ਦੀਵੇ ਚਲਾ ਕੇ ਇਸ ਦਿਨ ਦੀਆਂ ਰੌਣਕਾਂ ਮਾਰੀਏ। ਇੱਕ ਵਾਰ ਤਸਵੀਰ ਤੁਹਾਨੂੰ ਬਾਜ਼ਾਰ ਦੀਆਂ ਜ਼ਰੂਰ ਸਾਂਝੀਆਂ ਕਰਾਂਗੇ। ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਕੈਮਰੇ ਦੀ ਨਿਗਾਹ ਜਾਂਦੀ ਹੈ ਹਰ ਘਰ ਹਰ ਇਮਾਰਤ ਨੂੰ ਲਾਈਟਾਂ ਦੇ ਨਾਲ ਸਜਾਇਆ ਗਿਆ। ਹਾਲਾਂਕਿ ਕੁਝ ਹੀ ਦਿਨਾਂ ਬਾਅਦ ਉਹ ਮੁਕੱਦਸ ਦਿਨ ਆ ਰਿਹਾ ਜਿਸ ਦਿਨ ਕਿ ਜੋ ਸਭਨਾ ਦਾ ਰਾਮ ਭਗਤਾਂ ਦਾ ਜੋ ਇੰਤਜ਼ਾਰ ਦੀ ਘੜੀ ਜੋ ਹੈ ਮੁੱਕਣ ਜਾ ਰਹੀ ਹੈ, ਤਾਂ ਉਸਦੇ ਸਦਕਾ ਹੀ ਅੰਮ੍ਰਿਤਸਰ ਤੋਂ ਕੁਝ ਰਾਮ ਭਗਤ ਨੇ ਜਿਨ੍ਹਾਂ ਦੇ ਵੱਲੋਂ ਸ਼ਰਧਾਲੂਆਂ ਦੇ ਵੱਲੋਂ ਆਪਣੀ ਸ਼ਰਧਾ ਸਤਿਕਾਰ ਦੇ ਸਦਕਾ ਲੋਕਾਂ ਨੂੰ ਘਰ ਘਰ ਜਾ ਕੇ ਇਹ ਝੰਡੇ ਵੀ ਵੰਡੇ ਜਾ ਰਹੇ ਨੇ ਔਰ ਬਾਜ਼ਾਰਾਂ ਦੇ ਵਿੱਚ ਲਾਈਟਿੰਗ ਵੀ ਕੀਤੀ ਜਾ ਰਹੀ ਹੈ ਕਿ ਤਾਂ ਜੋ ਇਸ ਇਤਿਹਾਸਿਕ ਦਿਨ ਨੂੰ ਅਸੀਂ ਹੋਰ ਯਾਦਗਾਰ ਬਣਾਈਏ, ਕਿ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਵੀ ਇਸ ਇਤਿਹਾਸ ਨੂੰ ਸੁਣ ਕੇ ਮਾਣ ਮਹਿਸੂਸ ਕਰਨ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18, ਪੰਜਾਬ।